ਸੋ ਇਸ ਟਾਈਮ 'ਤੇ ਸਾਰਿਆਂ ਦਾ ਧੰਨਵਾਦ ਹੀ ਕਰਨਾ ਬਣਦਾ ਵੀ ਭਾਈ ਜਿੰਨੇ ਵੀ ਕਿਸੇ ਨੇ ਸਾਥ ਦਿੱਤਾ, ਜੇ ਕਿਸੇ ਨੇ ਲੱਤ ਵੀ ਖਿੱਚੀ ਉਹ ਮੈਂ ਫਿਰ ਕਿਤੇ ਜੱਗ ਜ਼ਾਹਰ ਕਰਾਂਗੇ। ਖੈਰ ਭਰਾ ਮਾਰੂ ਜੰਗ 'ਚ ਕਦੀ ਮੈਂ 5-10 ਸਾਲ ਤੋਂ ਸਿਆਸਤ 'ਚ ਆ, ਪਰ ਮੈਂ ਕਦੀ ਭਰਾ ਮਾਰੂ ਜੰਗ 'ਚ ਪਿਆ ਨਹੀਂ। ਮੇਰੇ ਕੋਲ ਬਹੁਤ ਵੱਡੇ ਵੱਡੇ ਲੀਡਰਾਂ ਦੇ ਵੀ ਜਿਹੜੇ ਅੱਗੇ ਲੱਗ ਕੇ ਤੁਰੇ ਵੀ ਫਿਰਦੇ, ਉਹਨਾਂ ਦੇ ਵੀ ਸੁਨੇਹ ਆਉਂਦੇ ਰਹਿੰਦੇ ਆ। ਕੋਈ US 'ਚੋਂ ਵੀ ਬੈਠਾ, ਕੋਈ ਕੈਨੇਡਾ 'ਚ ਵੀ ਬੈਠਾ, ਉਹਨਾਂ ਦੇ ਵੀ ਆਉਂਦੇ ਰਹਿੰਦੇ ਵੀ ਆਹ ਨਹੀਂ ਤੁਸੀਂ ਗਲਤ ਕਰਦੇ, ਫਲਾਣ ਗਲਤ ਕਰਦੇ, ਇੱਥੇ ਸਹੀ ਜੇ ਉੱਥੇ ਗਲਤ ਜੇ। ਪਰ ਕਿਸੇ ਦਾ ਐਵੇਂ ਪਹਿਲੀ ਗੱਲ 'ਤੇ ਕਿਸੇ ਦਾ ਪਰਦਾ ਚੁੱਕਿਆ ਹੀ ਨਹੀਂ। ਰੱਬ ਨਾ ਹੀ ਚੁਕਾਵੇ, ਜਿੰਨੇ ਪਏ ਪਏ ਰਹਿਣ ਕਿ ਉਹ ਜੰਗ ਬਣਦੀ ਭਰਾ ਮਾਰੂ। ਸੋ ਸਾਨੂੰ ਸਮਝਣਾ ਪਊਗਾ, ਪਰਦੇ ਪਾਉਣੇ ਹੀ ਪੈਣਗੇ ਕਿਉਂਕਿ ਅਸੀਂ ਆਪ ਪੰਥ ਨੂੰ ਜਿਤਾਉਣਾ ਹੈ, ਆਪਦੀ ਜ਼ਿੰਮੇਵਾਰੀ ਤਹਿਤ ਕੰਮ ਕਰਨੇ। ਸੋ ਸਾਰੀਆਂ, ਹਾਂਜੀ ਬਾਈ ਜੀ, ਮੁਬਾਰਕਾਂ, ਬਹੁਤ ਮੁਬਾਰਕਾਂ ਸਾਰੇ ਸੱਜਣਾਂ ਨੂੰ। ਤਲਵਾੜਾ ਸਾਹਿਬ ਮੁਬਾਰਕਾਂ ਤੁਹਾਨੂੰ ਵੀ, ਜਰਮਨੀ 'ਚ ਬੈਠੇ ਬਾਬਾ ਜੀ। ਇੰਦਰਜੀਤ ਬਾਈ ਜੀ ਮੁਬਾਰਕਾਂ ਜੀ, ਸਾਰਿਆਂ ਨੂੰ ਮੁਬਾਰਕਾਂ, ਸਾਰੀ ਜਿੰਨੀ ਸੰਗਤ ਸਾਰਿਆਂ ਨੂੰ ਮੁਬਾਰਕਾਂ। ਕਿਸੇ ਨਾਲ ਗਿਲਾ ਸ਼ਿਕਵਾ ਨਹੀਂ ਰੱਖਣਾ, ਆਪਣੇ ਤੋਂ ਜਿਹੜੇ ਲੋਕਾਂ ਦੇ ਵਿੱਚ ਡਰ ਪਾਇਆ ਜਾ ਰਿਹਾ ਨਾ, ਉਹਨਾਂ ਦਾ ਡਰ ਵੀ ਆਪਾਂ ਕੱਢਣਾ ਕਿ ਅਸੀਂ ਡਰਾਉਣੇ ਕਿਹਨੂੰ। ਕੋਈ ਇੱਕ ਵੀ ਭਾਊ ਦਾ ਬਿਆਨ ਕਿਸੇ ਦੂਜੀ ਕੌਮ ਵਿਰੁੱਧ ਹੋਵੇ ਜਾਂ ਕਿਸੇ ਨੂੰ ਕਿਸੇ ਥੱਪੜ ਵੀ ਵੱਜਾ ਹੋਵੇ ਦੂਜੇ ਕੌਮ ਦੇ ਬੰਦੇ ਨੂੰ, ਇਹ ਇੱਕ ਪ੍ਰੋਪਗੰਡਾ ਜਾਂ ਇਹਨਾਂ ਦੇ ਜਿਹੜੇ ਪਿੰਡਾਂ 'ਚ ਬੈਠੇ ਹੁੰਦੇ ਨਾ ਸ਼ਲਾਰੂ ਜਿਹੇ ਬੰਦੇ, ਉਹਨਾਂ ਨੇ ਅੜਾਉਣਾ ਹੁੰਦਾ ਵੀ ਤੁਹਾਨੂੰ ਕੁੱਟਣਗੇ, ਤੁਹਾਨੂੰ ਮਾਰਨਗੇ। ਕੱਲ੍ਹ ਪਰਸੋਂ ਮੇਰੇ ਪਿੰਡ ਵੋਟਾਂ ਸੀ, ਜਿੱਦਣ ਕੁਛ ਬੰਦਿਆਂ ਨੇ ਗੱਲਾਂ ਫਲਾਤੀਆਂ ਵੀ ਭਾਊ ਅੰਮ੍ਰਿਤਪਾਲ ਧੱਕੇ ਨਾ ਘਰੋਂ ਚੱਕ ਕੇ ਅੰਮ੍ਰਿਤ ਛਕਾਇਆ ਕਰੂ, ਆਪਾਂ ਨੇ ਵੋਟਾਂ ਪਾਉਣੀਆਂ ਜੇ ਜਿੱਤ ਗਿਆ। ਜਿਹੜੀ ਕੌਮ ਨੂੰ ਅੱਤਵਾਦੀ ਨਾ ਕਿਹਾ ਸੀਗਾ, ਉਹ ਅੱਜ ਉਹ ਅੱਤਵਾਦੀ ਵਜੋਂ ਜਿਹੜਾ ਟੈਗ ਲੱਗਾ ਸੀ ਉਹ ਵਾਪਸੀ ਚਪੇੜ ਮਾਰ ਕੇ ਇਹਨਾਂ ਦੇ ਸਰਕਾਰਾਂ ਦੇ ਮੂੰਹ 'ਤੇ ਕੌਮ ਨੇ ਲਾਇਆ, ਭਾਵੇਂ ਸੀਟ ਫਰੀਦਕੋਟ ਦੀ ਅਤੇ ਭਾਵੇਂ ਖਡੂਰ ਸਾਹਿਬ ਦੀ ਆ, ਦੋਵਾਂ ਨੂੰ ਦੇਸ਼ ਭਰ ਵਿੱਚ ਅੱਤਵਾਦੀ ਦੇ ਖਿਤਾਬ ਮਿਲੇ ਆ। ਜਦਕਿ ਅੱਤ 'ਤੇ ਆਪਾਂ ਨੂੰ ਪਤਾ ਇਹ ਕਿੰਨਾ ਚੁੱਕੀ ਹੈ, ਅਤੇ ਫਿਰ ਮੌਕਾ ਉਹਨਾਂ ਨੂੰ ਮਿਲ ਗਿਆ ਹੁਣ ਅੱਤ ਚੁੱਕਣ ਦਾ, ਪਰ ਹੁਣ ਖਾਲਸਾ ਮੈਦਾਨ ਦੇ ਵਿੱਚ ਆ ਕੇ ਖੜ ਗਿਆ। ਹੁਣ ਜ਼ਰੂਰ ਅਸੀਂ ਪਾਰਲੀਮੈਂਟ ਵਿੱਚ ਆਪਣੀ ਜਗ੍ਹਾ ਬਣਾਵਾਂਗੇ ਵੀ ਅੱਤਵਾਦੀ ਉਹਨਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਨੂੰ ਤੁਸੀਂ ਬਾਣੇ ਪਾ ਕੇ, ਜੇ ਅਸੀਂ ਬਾਰਡਰਾਂ 'ਤੇ ਵਧੀਏ ਤਾਂ ਸਾਨੂੰ ਅੱਤਵਾਦੀ ਕਹਿੰਦੇ, ਅਸੀਂ ਤੁਹਾਡੀ ਪਾਰਲੀਮੈਂਟ 'ਚ ਆ ਬੈਠੇ ਹਾਂ। ਉਹਨਾਂ ਨੂੰ ਜਵਾਬ ਹੁਣ ਆਪਣੇ ਆਪ 'ਚ ਮਿਲੂਗਾ ਉੱਥੇ। ਸੋ ਪਹਿਲਾਂ ਹੁਣ ਧੰਨਵਾਦ ਕਰਦੀ ਹੈ ਸਾਰੇ ਸੱਜਣਾ ਮਿੱਤਰਾਂ ਦਾ ਜਿੰਨਾ ਸਾਥ ਦਿੱਤਾ, ਜਿੰਨਾ ਫੋਨ ਕਰਕੇ ਵੀ ਦੱਸਿਆ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਸੁਨੇਹ ਆਏ ਵੀ ਅਸੀਂ ਸਾਥ ਦੇਵਾਂਗੇ ਪਰ ਅਸੀਂ ਖੁੱਲ੍ਹ ਕੇ ਨਹੀਂ ਦੇ ਸਕਦੇ, ਉਹਨਾਂ ਦਾ ਵੀ ਧੰਨਵਾਦ। ਜਿੰਨਾ ਖੁੱਲ੍ਹ ਕੇ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਨਹੀਂ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ। ਉਹਨਾਂ ਨੂੰ ਅਸੀਂ ਆਉਣ ਵਾਲੇ ਸਮੇਂ 'ਚ ਆਪਦੀ ਚੰਗੀ ਸਿਆਸਤ ਦਾ ਸਿੱਟਾ ਕੱਢ ਕੇ ਅੱਗੇ ਰੱਖਾਂਗੇ, ਉਹਨਾਂ ਦਾ ਸਾਥ ਫੇਰ ਲੈ ਲਾਂਗੇ। ਜਿਨ੍ਹਾਂ ਇਸ ਵਾਰ ਨਹੀਂ ਦਿੱਤਾ ਕੋਈ ਚੱਕਰ ਨਹੀਂ, ਜਿੰਨੀ ਵੋਟ ਪਈ ਆ ਸਿਰ ਮੱਥੇ ਆ, ਸਾਡੀ ਹੋਣ ਦੀ ਲੜਾਈ ਸੀ, ਸਾਡੀ ਇਸ ਟਾਈਮ ਸਭ ਤੋਂ ਖਤਰੇ 'ਚ ਵੋਟ ਸੀ ਸਿੱਖਾਂ ਦੀ, ਜਿਹੜੀ ਸਾਡੀ ਅਖੀਰਲੀ ਲੜਾਈ ਅਸੀਂ ਲੜਦੇ ਪਏ ਸੀ। ਵਾਰ ਵਾਰ ਅਸੀਂ ਕਹਿੰਦੇ ਸੀ ਆ ਤੁਹਾਡੇ ਸਾਹਮਣੇ ਆ, ਜੇ ਖਡੂਰ ਸਾਹਿਬ 'ਚ 61% ਟੋਟਲ ਵੋਟ ਪਈ ਆ ਅਤੇ ਉਹਦੇ 'ਚੋਂ ਅੱਧੀ ਕੁ ਵੋਟ ਭਾਈ ਸਾਹਿਬ ਨੂੰ ਪਈ, ਬਾਕੀ ਫਿਰ ਵੀ ਸਾਡੇ ਲੋਕਾਂ ਵੰਡੀ ਆ, ਪੂਰੀ ਸਾਨੂੰ ਵੋਟ ਮਿਲੀ ਨਹੀਂ, ਅਤੇ ਫਿਰ ਵੀ ਅਸੀਂ ਕਹਿੰਦੇ ਹਾਂ ਸ਼ੁਕਰਾਨਾ ਸਾਰੀ ਸੰਗਤ ਦਾ। ਜੇ 61 ਪਈ ਆ ਤਾਂ ਉਹਦੇ 'ਚ 10-15 ਜੇ 100 ਦੇ ਵਿੱਚੋਂ ਸਾਰੀ ਤਾਂ ਕਦੀ ਪੈਣੀ ਨਹੀਂ ਹੁੰਦੀ, 80 ਕੁ ਪੈਣੀ ਹੁੰਦੀ, ਫਿਰ ਵੀ 10% ਵੋਟ ਜਿਹੜੀ ਆ ਸਿੱਖਾਂ ਦੀ ਬਾਹਰਲੇ ਦੇਸ਼ਾਂ 'ਚ ਪਹਿਲਾਂ ਤੋਂ ਹੀ ਮੂਵ ਹੋ ਚੁੱਕੀ ਆ। ਜਿਵੇਂ ਹੁਣ ਮੈਂ ਬੈਠਾ, ਮੇਰੀ ਵੀ ਪਰਿਵਾਰ ਦੀਆਂ ਬਾਹਰ 2-3 ਵੋਟਾਂ ਮੌਜੂਦਾ ਹਾਲਾਤ 'ਚ ਹੈਗੀਆਂ ਨੇ, ਪਰ ਉਹ ਨਹੀਂ ਭੁਗਤ ਸਕੀਆਂ। ਇਹੋ ਜਿਹੇ ਬਹੁਤ ਸਾਰੇ
ਭਰਾ ਨੇ ਜਿਨ੍ਹਾਂ ਦੀਆਂ ਵੋਟਾਂ ਬਾਹਰ ਨੇ ਉਹ ਪਾ ਨਹੀਂ ਸਕੇ। ਸੋ ਨਾਰਾਜ਼ਗੀ ਕੋਈ ਨਹੀਂ ਗੀ, ਸਾਡੀ ਆਪਦੀ ਵੋਟ ਖੁਦ ਸਾਡੇ ਕਾਰਨ ਕਰਕੇ ਘਟੀ, ਅਸੀਂ ਬਾਹਰਲੇ ਦੇਸ਼ਾਂ 'ਚ ਬੈਠੇ ਹਾਂ। ਮੇਰਾ ਅੰਦਾਜ਼ਾ ਸੀ 2.5-3 ਲੱਖ ਦੀ ਲੀਡ ਨਾਲ ਜਿੱਤਦੇ। ਖੈਰ 61% ਦੇ ਵਿੱਚੋਂ ਜੋ ਰਿਜ਼ਲਟ ਆਇਆ ਉਹ ਬਹੁਤ ਸੋਹਣਾ, ਅਤੇ ਫਿਰ ਵੀ ਜਿਨ੍ਹਾਂ ਲੋਕਾਂ ਵੋਟਾਂ ਨਹੀਂ ਪਾਈਆਂ ਸਾਡੀ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ, ਅਸੀਂ ਉਹਨਾਂ ਵਰਗੇ ਨਹੀਂ ਜਿਹੜੇ ਦੂਜੇ ਪਹਿਲਾਂ ਜੋ ਕੁਛ ਕਰ ਰਹੇ ਆ। ਜੇ ਕੁਛ ਸਾਡੇ ਹੱਥ ਤਾਕਤ ਲੱਗੀ ਆ ਤਾਂ ਮੈਂ ਜਿਵੇਂ ਪਹਿਲਾਂ ਕਿਹਾ ਸੀ, ਮੈਂ 5 ਲੱਖ ਦਾ ਐਲਾਨ ਕੀਤਾ ਸੀ, 5 ਲੱਖ ਭਾਈ ਸਾਹਿਬ ਬਾਹਰ ਆ ਜਾਣ, ਉਹਨਾਂ ਕੋਲ ਜਦੋਂ ਪਾਰਲੀਮੈਂਟ ਦਾ ਅਕਾਊਂਟ ਜੋ ਵੀ ਲੋਕ ਭਲਾਈ ਉਹਨਾਂ ਨੂੰ ਮਿਲੂਗਾ, ਮੈਂ ਘਰ ਸੱਦ ਕੇ ਉਹਨਾਂ ਦਾ ਸਨਮਾਨ ਕਰਕੇ 5 ਲੱਖ ਦੀ ਗ੍ਰਾਂਟ ਆਪਦੇ ਪੱਲਿਓਂ ਦਊਂਗਾ ਅਤੇ ਪਿੰਡ ਦੇ ਨਿਰਮਾਣ ਲਈ ਦੇਵਾਂਗੇ। ਕੋਈ ਮੈਨੂੰ ਲਾਲਚ ਨਹੀਂ ਕਿ ਮੈਨੂੰ ਆਉਣ ਵਾਲੇ ਸਮੇਂ 'ਚ ਅਹੁਦੇ ਚਾਹੀਦੇ ਜਾਂ ਕੁਛ ਚਾਹੀਦਾ, ਪਰ ਖੈਰ ਮੇਰੀ ਦਿਲ ਦੀ ਤਮੰਨਾ ਸੀ ਜਿੱਦਣ ਪੰਥ ਖੜ੍ਹਾ ਹੋਊਗਾ ਨਾਲ ਮੈਂ ਵੀ ਕੁਛ ਲੈ ਕੇ ਖੜ੍ਹਾ ਹੋਊਂਗਾ, ਖਾਲੀ ਹੱਥ ਮੈਂ ਖੜ੍ਹਾ ਨਹੀਂ ਹੁੰਦਾ। ਮੇਰੀ ਜਿੰਨੀ ਤਿਲ ਪਿਲ ਭੇਟਾ ਹੋਊਗੀ ਮੈਂ ਆਪਣੇ ਪੰਥ ਦੇ ਪੱਖ 'ਚ ਰੱਖੂੰਗਾ। ਸੋ ਕੋਸ਼ਿਸ਼ ਮੈਂ ਕਰੂੰਗਾ 5 ਦੀ ਆਪਣੇ ਕੋਲੋਂ ਦੇਵਾਂ, ਅਤੇ ਬਾਕੀ ਜੋ ਕੁਛ ਕਰ ਸਕੇ ਵੱਧ ਤੋਂ ਵੱਧ ਆਪਦੇ ਪਿੰਡ ਦੇ ਨਿਰਮਾਣ ਲਈ, ਆਪਦੇ ਹਲਕੇ ਦੇ ਨਿਰਮਾਣ ਲਈ ਅਸੀਂ ਕਰਾਂਗੇ। ਅਸੀਂ ਉਹਨਾਂ ਵਰਗੇ ਨਹੀਂ ਵੀ ਘਰ ਸੁੱਤੇ ਰਹਾਂਗੇ, ਅਸੀਂ ਜੋੜਾਂਗੇ ਹੁਣ, ਤੋੜਦੇ ਨਹੀਂ। ਇਹ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਵੀ ਅਸੀਂ ਚੱਲਾਂਗੇ, ਨਵੀਂ ਸਿਆਸਤ ਲੈ ਕੇ ਚੱਲਾਂਗੇ ਵੀ ਸਾਨੂੰ ਮਜਬੂਰ ਨਾ ਹੋਣਾ ਪਵੇ ਕਿਸੇ ਅੱਗੇ ਹੱਥ ਅੱਡਣ ਲਈ, ਆਪਣੇ ਆਪ ਕੁਛ ਕਰਨ ਦੇ ਫੈਸਲੇ ਵੀ ਲਿਆ ਕਰਾਂਗੇ ਜੇ ਪਰਮਾਤਮਾ ਨੇ ਚਾਹਿਆ, ਅਤੇ ਉਸ ਤਰੀਕੇ ਜ਼ਰੂਰ ਕੰਮ ਕਰਾਂਗੇ ਜਿਵੇਂ ਗੁਰੂ ਸਾਹਿਬ ਸਾਨੂੰ ਆਗਿਆ ਦਿੰਦੇ ਨੇ। ਸੋ ਉਹੋ ਜਿਹੇ ਕੰਮ ਅਸੀਂ ਕਰਨ ਵੱਲ ਵਧਾਂਗੇ। ਸੋ ਇਸ ਟਾਈਮ 'ਤੇ ਸਾਰਿਆਂ ਦਾ ਧੰਨਵਾਦ ਹੀ ਕਰਨਾ ਬਣਦਾ ਵੀ ਭਾਈ ਜਿੰਨੇ ਵੀ ਕਿਸੇ ਨੇ ਸਾਥ ਦਿੱਤਾ, ਜੇ ਕਿਸੇ ਨੇ ਲੱਤ ਵੀ ਖਿੱਚੀ ਉਹ ਮੈਂ ਫਿਰ ਕਿਤੇ ਜੱਗ ਜ਼ਾਹਰ ਕਰਾਂਗੇ। ਖੈਰ ਭਰਾ ਮਾਰੂ ਜੰਗ 'ਚ ਕਦੀ, ਮੈਂ 5-10 ਸਾਲ ਤੋਂ ਸਿਆਸਤ 'ਚ ਆ ਪਰ ਮੈਂ ਕਦੀ ਭਰਾ ਮਾਰੂ ਜੰਗ 'ਚ ਪਿਆ ਨਹੀਂ। ਮੇਰੇ ਕੋਲ ਬਹੁਤ ਵੱਡੇ ਵੱਡੇ ਲੀਡਰਾਂ ਦੇ ਵੀ ਜਿਹੜੇ ਅੱਗੇ ਲੱਗ ਕੇ ਤੁਰੇ ਵੀ ਫਿਰਦੇ, ਉਹਨਾਂ ਦੇ ਵੀ ਸੁਨੇਹ ਆਉਂਦੇ ਰਹਿੰਦੇ ਆ। ਕੋਈ US 'ਚੋਂ ਵੀ ਬੈਠਾ, ਕੋਈ ਕੈਨੇਡਾ 'ਚ ਵੀ ਬੈਠਾ, ਉਹਨਾਂ ਦੇ ਵੀ ਆਉਂਦੇ ਰਹਿੰਦੇ ਵੀ ਆਹ ਨਹੀਂ ਤੁਸੀਂ ਗਲਤ ਕਰਦੇ, ਫਲਾਣ ਗਲਤ ਕਰਦੇ, ਇੱਥੇ ਸਹੀ ਜੇ ਉੱਥੇ ਗਲਤ ਜੇ, ਪਰ ਕਿਸੇ ਦਾ ਐਵੇਂ ਪਹਿਲੀ ਗੱਲ 'ਤੇ ਕਿਸੇ ਦਾ ਪਰਦਾ ਚੁੱਕਿਆ ਹੀ ਨਹੀਂ। ਰੱਬ ਨਾ ਹੀ ਚੁਕਾਵੇ ਜਿੰਨੇ ਪਏ ਰਹਿਣ ਕਿ ਉਹ ਜੰਗ ਬਣਦੀ ਭਰਾ ਮਾਰੂ। ਸੋ ਸਾਨੂੰ ਸਮਝਣਾ ਪਊਗਾ, ਪਰਦੇ ਪਾਉਣੇ ਹੀ ਪੈਣਗੇ ਕਿਉਂਕਿ ਅਸੀਂ ਆਪ ਪੰਥ ਨੂੰ ਜਿਤਾਉਣਾ ਹੈ, ਆਪਦੀ ਜ਼ਿੰਮੇਵਾਰੀ ਤਹਿਤ ਕੰਮ ਕਰਨੇ। ਸੋ ਸਾਰੀਆਂ, ਹਾਂਜੀ ਬਾਈ ਜੀ ਮੁਬਾਰਕਾਂ, ਬਹੁਤ ਮੁਬਾਰਕਾਂ ਸਾਰੇ ਸੱਜਣਾਂ ਨੂੰ, ਤਲਵਾੜਾ ਸਾਹਿਬ ਮੁਬਾਰਕਾਂ ਤੁਹਾਨੂੰ ਵੀ ਜਰਮਨੀ 'ਚ ਬੈਠੇ ਬਾਬਾ ਜੀ, ਇੰਦਰਜੀਤ ਬਾਈ ਜੀ ਮੁਬਾਰਕਾਂ ਜੀ, ਸਾਰਿਆਂ ਨੂੰ ਮੁਬਾਰਕਾਂ, ਸਾਰੀ ਜਿੰਨੀ ਸੰਗਤ ਸਾਰਿਆਂ ਨੂੰ ਮੁਬਾਰਕਾਂ। ਕਿਸੇ ਨਾਲ ਗਿਲਾ ਸ਼ਿਕਵਾ ਨਹੀਂ ਰੱਖਣਾ, ਆਪਣੇ ਤੋਂ ਜਿਹੜੇ ਲੋਕਾਂ ਦੇ ਵਿੱਚ ਡਰ ਪਾਇਆ ਜਾ ਰਿਹਾ ਨਾ, ਉਹਨਾਂ ਦਾ ਡਰ ਵੀ ਆਪਾਂ ਕੱਢਣਾ ਕਿ ਅਸੀਂ ਡਰਾਉਣੇ ਕਿਹਨੂੰ। ਕੋਈ ਇੱਕ ਵੀ ਭਾਊ ਦਾ ਬਿਆਨ ਕਿਸੇ ਦੂਜੀ ਕੌਮ ਵਿਰੁੱਧ ਹੋਵੇ ਜਾਂ ਕਿਸੇ ਨੂੰ ਕਿਸੇ ਥੱਪੜ ਵੀ ਵੱਜਾ ਹੋਵੇ ਦੂਜੇ ਕੌਮ ਦੇ ਬੰਦੇ ਨੂੰ, ਇਹ ਇੱਕ ਪ੍ਰੋਪਗੰਡਾ ਜਾਂ ਇਹਨਾਂ ਦੇ ਜਿਹੜੇ ਪਿੰਡਾਂ 'ਚ ਬੈਠੇ ਹੁੰਦੇ ਨਾ ਸ਼ਲਾਰੂ ਜਿਹੇ ਬੰਦੇ, ਉਹਨਾਂ ਨੇ ਅੜਾਉਣਾ ਹੁੰਦਾ ਵੀ ਤੁਹਾਨੂੰ ਕੁੱਟਣਗੇ, ਤੁਹਾਨੂੰ ਮਾਰਨਗੇ। ਕੱਲ੍ਹ ਪਰਸੋਂ ਮੇਰੇ ਪਿੰਡ ਵੋਟਾਂ ਸੀ, ਜਿੱਦਣ ਕੁਛ ਬੰਦਿਆਂ ਨੇ ਗੱਲਾਂ ਫਲਾਤੀਆਂ ਵੀ ਭਾਊ ਅੰਮ੍ਰਿਤਪਾਲ ਧੱਕੇ ਨਾ ਘਰੋਂ ਚੱਕ ਕੇ ਅੰਮ੍ਰਿਤ ਛਕਾਇਆ ਕਰੂ, ਆਪਾਂ ਨੇ ਵੋਟਾਂ ਪਾਉਣੀਆਂ ਜੇ ਜਿੱਤ ਗਿਆ। ਬੰਦਾ ਪੁੱਛੇ ਵੀ ਜੇ ਅੰਮ੍ਰਿਤ ਧੱਕੇ ਨਾ ਛਕਾ ਦੂਗਾ ਵੀ ਤੈਨੂੰ ਕੋਈ 1000 ਰੁਪਿਆ ਦੇਣ ਲੱਗਾ ਵੀ ਅੰਮ੍ਰਿਤ ਛਕਾ ਦੂਗਾ, ਅੰਮ੍ਰਿਤ ਯਾਰ ਛਕ ਲਈ।
ਜੇ ਕੋਈ ਧੱਕੇ ਨਾਲ ਮੈਨੂੰ ਧੱਕੇ ਨਾਲ ਕੁਛ ਕਹਾਵੇ ਤਾਂ ਮੈਂ ਧੱਕੇ ਨਾਲ ਛੱਕ ਹੀ ਲੈਣਾ ਭਾਈ ਜੀ। ਇਹ ਤੋਂ ਵਧੀਆ ਹੋਰ ਖੁਸ਼ਕਿਸਮਤੀ ਕੀ ਹੈ ਵੀ ਤੁਹਾਡੀ ਮੇਰੇ ਤੇ ਨਿਗਾਹ ਸਵੱਲੀ ਹੋਈ, ਤੁਸੀਂ ਮੈਨੂੰ ਛਕਾਉਣ ਲੱਗੇ ਜੇ। ਖੈਰ ਬੜੀ ਛੇਤੀ ਛਕਾਂਗੇ, ਜਥੇ 'ਚ ਸ਼ਾਮਿਲ ਹੋਵਾਂਗੇ, ਸੇਵਾ ਕਰਨ ਜੋਗੇ ਮਹਾਰਾਜ ਨੇ ਜੇ ਬਖਸ਼ਿਸ਼ ਕੀਤੀ ਤੇ ਸੇਵਾ ਵੀ ਕਰਾਂਗੇ। ਸੋ ਕੋਈ ਗੱਲ ਨਹੀਂ, ਅੰਮ੍ਰਿਤ ਹੈ ਕੋਈ ਅੰਮ੍ਰਿਤ ਤੋਂ ਡਰਨਾ ਕਿਹੜੀ ਗੱਲੋਂ। ਸਾਡੀ ਦੁਨੀਆ ਬਹੁਤ ਕੁਛ ਵੱਖਰਾ ਜਿਹਾ ਸੋਚੀ ਜਾਂਦੀ ਰਹਿੰਦੀ ਬੈਠੀ, ਬਸ ਇਹਨਾਂ ਨੂੰ ਡਰ ਤੇ ਪਹਿਲਾਂ ਹੀ ਇਹਨਾਂ ਦੇ ਅੱਗੇ ਪਿਆ ਆਉਂਦਾ ਵੀ ਸਾਨੂੰ ਪਤਾ ਨਹੀਂ ਕੀ ਹੋ ਜਾਣਾ। ਆਉਣ ਭਾਜਪਾ ਦੀ ਵੋਟ ਚਿੰਤਾ ਪੈਦਾ ਕਰਦੀ ਆ ਵੀ 60-65 ਹਜ਼ਾਰ ਵੋਟ ਬੰਦਾ ਖਡੂਰ ਸਾਹਿਬ ਹਲਕੇ 'ਚ ਲੈ ਗਿਆ, ਅਤੇ ਫਿਰ ਵਿਨੇਕ ਦੱਤ ਜਿਹੜਾ ਕਹਿੰਦਾ ਸੀ ਵੀ ਯਾਰ ਹਿੰਦੂ ਵੋਟ ਜਿਹੜੀ ਆ ਉਹ ਕਦੀ ਵੀ ਵਿਤਕਰਾ ਨਹੀਂ ਕਰਦੀ, ਹਿੰਦੂ ਵੋਟ ਪੈਂਦੀ। ਮੈਂ ਕਿਸੇ ਹਿੰਦੂ ਵੀਰ ਨਾਲ ਨਹੀਂ ਗੱਲ ਕਰਨ ਲੱਗਾ ਵੀ ਉਹਨਾਂ 'ਤੇ ਕੋਈ ਤੰਜ ਕੱਸਣ ਲੱਗਾ, ਵਿਨੇਕ ਦੱਤ ਨੂੰ ਵੀ ਅੱਜ ਜਵਾਬ ਮਿਲ ਗਿਆ ਹੋਣਾ ਜਿਹੜਾ ਬੈਠਾ ਆਪਣੇ ਐਸਟੀਮੇਟ ਲਾਈ ਜਾ ਰਿਹਾ। ਇਹੋ ਜਿਹੇ ਬੰਦੇ ਵੈਸੇ ਤਾਂ ਜਗ੍ਹਾ ਹੀ ਬਣਾ ਰਹੇ ਆ ਭਾਜਪਾ ਦੀ ਪੰਜਾਬ 'ਚ ਵੀ ਇੱਕ ਡਰ ਪੈਦਾ ਕਰੀਏ ਦੂਜੀ ਕੌਮ 'ਚ, ਅਤੇ ਉਹ ਡਰ ਜਾਵੇ ਅਤੇ ਫਿਰ ਉਹਦੇ ਅਪੋਜ਼ਿਟ ਜਿਹੜਾ ਨਿਕਲ ਕੇ ਆਊਗਾ ਰਿਐਕਸ਼ਨ ਉਹ ਲੋਕਾਂ ਦਾ ਵੋਟਾਂ 'ਚ ਨਿਕਲ ਕੇ ਆਊਗਾ। ਅਤੇ ਮੈਂ ਹੈਰਾਨ ਆ ਵੀ 60-65 ਹਜ਼ਾਰ ਵੋਟਾਂ ਨੇ ਭਾਜਪਾ ਲੈ ਗਈ ਹੈ ਸਾਡੇ ਖਡੂਰ ਸਾਹਿਬ 'ਚੋਂ, ਜਿਹੜੀ ਕਦੀ 5-7 ਹਜ਼ਾਰ ਨਹੀਂ ਟੱਪੀ ਸੀ। ਸੋ ਇਹ ਚਿੰਤਾ ਤਾਂ ਪੈਦਾ ਥੋੜ੍ਹੀ ਜਿਹੀ ਕਰਦੀ ਆ ਵੀ ਇੰਨਾ ਵਿਰੋਧ ਪੰਜਾਬ 'ਚ ਹੋਣ ਦੇ ਬਾਵਜੂਦ ਸਾਡੇ ਹਲਕੇ 'ਚ ਵੋਟ ਲੈ ਜਾਵੇ, ਅਤੇ ਅਸੀਂ ਥੋੜ੍ਹੇ ਚਿੰਤਾ 'ਤੇ ਰੱਖਦੇ ਹਾਂ ਵੀ ਇਹ ਨੁਕਸਾਨ ਕਿਵੇਂ ਕਰੂਗੀ ਅਤੇ ਇਹਨਾਂ ਦੇ ਪਿੱਛੇ ਕੌਣ ਆ ਲੋਕ ਜਿਹੜੇ ਇਹਨਾਂ ਨੂੰ ਵੋਟਾਂ ਪਾਉਣਾ ਚਾਹੁੰਦੇ। ਕੋਈ ਕਾਰਨ ਹੋਵੇ ਤਾਂ ਫਿਰ ਉਹ ਆਪਾਂ ਪੰਜਾਬ ਦੇ ਵਿੱਚ ਆਪ ਵੀ ਮਸਲੇ ਹੱਲ ਕਰ ਸਕਦੇ ਹਾਂ ਵੀ ਭਾਈ ਵੋਟਾਂ ਉਹਨਾਂ ਨੂੰ ਪਾਉਣ ਦੀ ਲੋੜ ਨਹੀਂ, ਵੋਟਾਂ ਆਪਦੇ ਜੋ ਸਰਬੱਤ ਦੇ ਭਲੇ ਦੀ ਗੱਲ ਕਰਦੇ ਉਹਨਾਂ ਨੂੰ ਪਾਓ। ਹਾਲੇ ਭਾਜਪਾ ਉੱਤੇ ਬਹੁਤ ਕਮਜ਼ੋਰ ਹੋਈ ਆ, ਡਿੱਗੀ ਆ ਮੂਧੜੇ ਮੂੰਹ, 400 ਪਾਰ ਕਹਿੰਦੀ ਸੀ, 300 ਥੱਲੇ ਰਹਿ ਗਈ ਆ। ਸੋ ਕੋਈ ਗੱਲ ਨਹੀਂ, ਅਜੇ ਸਮਾਂ ਔਖਾ ਉਹਨਾਂ ਦਾ ਸ਼ੁਰੂ ਹੋਣਾ, ਹੁਣ ਤਾਂ ਖਾਲਸਾ ਮੈਦਾਨ 'ਚ ਆਇਆ ਹੈ, ਹੁਣ ਅਸੀਂ ਉੱਤਰੀ ਭਾਰਤ ਵੱਲ ਵਧਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਜੇ ਸਾਡਾ ਸਭ ਕੁਛ ਠੀਕ ਠਾਕ ਰਿਹਾ, ਸਾਡੀਆਂ ਲੱਤਾਂ ਆਪਦਿਆਂ ਨਾਲ ਖਿੱਚੀਆਂ, ਨਹੀਂ ਤਾਂ ਸਾਡੇ 'ਚ ਲੱਤਾਂ ਖਿੱਚਣ ਵਾਲੇ ਆਪ ਮੁਹਾਰੇ ਜ਼ਿਆਦਾ ਨੇ ਜਿਹੜੇ ਛੱਜ ਬੰਨੀ ਰੱਖਣਾ ਚਾਹੁੰਦੇ ਵੀ ਅਸੀਂ ਵੀ ਲੀਡਰ ਬਣੀਏ, ਸਾਥ ਨਹੀਂ ਦੇਣਾ ਪਰ ਲੱਤ ਖਿੱਚ ਕੇ ਬੰਨਾ। ਸੋ ਕੋਈ ਚੱਕਰ ਨਹੀਂ ਮੇਰੇ ਵੀਰ, ਸਾਰਿਆਂ ਦਾ ਧੰਨਵਾਦ, ਅਤੇ ਸਵੇਰੇ ਵੀ ਆਪਾਂ ਫਿਰ ਦੁਬਾਰਾ ਇੱਕ ਨਵੀਂ ਸੋਚ ਨਾਲ ਚੱਲਾਂਗੇ, ਲਾਈਵ ਹੋਇਆ ਕਰਾਂਗੇ। ਜੇ ਕੋਈ ਸੱਜਣ ਆਪਣੇ ਨਾਲ ਜੁੜਨਾ ਚਾਹੁੰਦਾ ਗਾਂ, ਅਗਲੀ ਪੋਲੀਟਿਕਸ ਦੇ ਤਰੀਕੇ ਨਾਲ ਆਪਾਂ ਕੰਮ ਕਰਨ ਦਾ ਇੱਛੁਕ ਹੈਗਾ, ਤਾਂ ਆਪਾਂ ਇੱਕ ਟੀਮ ਤਿਆਰ ਕਰੀਏ ਜਿਹੜੀ ਲੋਕਾਂ ਦੀ ਸੇਵਾ ਕਰ ਸਕੇ, ਪੰਥ ਦੀ ਸੇਵਾ ਕਰ ਸਕੇ, ਅੱਗੇ ਲੈ ਕੇ ਵਧੀਏ। ਨਾ ਕਿ ਹੁਣ ਇੱਕੋ ਹੀ ਕੰਮ ਕਰੀ ਚੱਲੀਏ 15-20 ਸਾਲ ਤੋਂ ਵੀ ਦੂਜਿਆਂ ਨੂੰ ਭੰਡੀ ਚੱਲੀਏ, ਕੁਛ ਕਰਕੇ ਵੀ ਹੁਣ ਆਪਾਂ ਵਿਖਾਈਏ। ਸੋ ਆਪਾਂ ਵਧਣਾ, ਸਾਥ ਦਿਆ ਜੇ, ਇੱਕ ਦੂਜੇ ਦੀਆਂ ਬਾਹਾਂ ਬਣੀਏ। ਸੋ ਇੰਨੀ ਕੁ ਅੱਜ ਦੀ ਮੇਰੀ ਲਾਈਵ ਸੀ, ਸਾਰੀ ਸੰਗਤ ਦਾ ਧੰਨਵਾਦ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਨਵੇਂ ਕਾਰਜ ਲੈ ਕੇ ਤੁਹਾਡੇ 'ਚ ਸ਼ਾਮਿਲ ਹੋਵਾਂਗੇ। ਇੰਨੀ ਕੁ ਮੇਰੀ ਤਾਂ ਬਾਈਕਿੰਗ ਦਾ ਵਿਰਸੇ ਵਿਰੁੱਧ ਅਗਲੀ ਚੋਣ, ਨਹੀਂ ਭਰਾਵਾ ਮੈਂ ਨਹੀਂ ਲੜਦੀ, ਉਹਦੇ ਪਿੰਡ ਦੇ ਲੋਕ ਉਹਨੂੰ ਲਾਹਨ ਤਾਂ ਪਾ ਪਾ ਭਜਾ ਰਿਹਾ, ਮਗਰੋਂ ਤੁਸੀਂ ਮੈਨੂੰ ਉਹਦੇ ਅੱਗੇ ਪੇਸ਼ ਕਰ ਦੇਣਾ। ਏਡੇ ਲਾਹਨਤੀ ਵਿਰੁੱਧ ਵੀ ਨਹੀਂ ਲੜੀ ਦੀ ਹੁੰਦੀ, ਜਿਹਦੇ ਕੋਲ ਲਾਹਨ ਤਾਂ ਜ਼ਿਆਦੀਆਂ ਹੁੰਦਾ ਖੱਟਾਂ, ਨਾ ਨਾ ਇੱਥੇ ਨਹੀਂ ਜਾਣਾ ਆਪਾਂ ਆਪਦੇ ਮਖੂ ਠੀਕ ਆ, ਮਖੂ ਦੇ ਬੰਦੇ ਵਧੀਆ ਮੇਰੇ, ਕੋਈ ਨਹੀਂ ਥੋੜ੍ਹੇ ਬਹੁਤ ਨਾਰਾਜ਼ ਰਹਿੰਦੇ ਆ, ਪਰ ਫਿਰ ਵੀ ਕੋਈ ਨਹੀਂ ਮੈਂ ਸਮਝਾ ਲਾਂਗਾ, ਜਿੰਨੇ ਕੁ ਜੋਗਾ ਹੈਗਾ ਮਖੂ 'ਚ ਹੀ ਮੈਂ ਜੰਮਿਆ ਪਲਿਆ, ਇੱਥੇ ਕੀ ਲੜ ਲਾਂਗੇ, ਕੁਛ ਲੜਨਾ ਹੋਇਆ ਪਰ ਆਪਾਂ ਉੱਧਰ ਨਹੀਂ ਜਾਣਾ, ਉੱਧਰ ਲਾਹਨਤੀ ਬੜੇ ਵਿਰਸੇ ਅਰਗੇ। ਹੋਰ ਬਾਈ ਕਿਸੇ ਨੇ ਕੋਈ
ਕਰਨੀ ਕੁਰਨੀ ਹੋਵੇ ਗੱਲਬਾਤ ਤਾਂ ਲਾਈਵ ਆ ਸਕਦਾ। ਵੈਸੇ ਨਾ ਚਲੋ ਮੈਂ ਇੱਕ ਗੱਲ ਜਾਂਦਾ ਜਾਂਦਾ ਦੱਸ ਦਿੰਦਾ, ਸਾਡੇ ਸ਼ਹਿਰ ਸ਼ਰਤਾਂ ਲੱਗਣ ਲੱਗ ਪਿਆ ਜਿੱਦਣ ਮੈਂ 5 ਲੱਖ ਦਾ ਐਲਾਨ ਕੀਤਾ ਨਾ। ਮੁੰਡਾ ਆਪਣਾ ਜਗਸੀਰ ਆ, ਜੇ ਇੱਥੇ ਕਿਤੇ ਸੁਣਦਾ ਹੋਵੇ ਤਾਂ ਮੈਨੂੰ ਲਾਈਵ ਲੈ ਲਾ। ਮੈਂ 5 ਲੱਖ ਦਾ ਐਲਾਨ ਕੀਤਾ ਅਤੇ ਸ਼ਹਿਰ ਦੇ ਵਿੱਚ ਆਪ ਮਾਰੇ ਝਾੜੂ ਦੇ ਕੁਛ ਸਮਰਥਕ ਹੈਗੇ, ਉਹਨਾਂ ਨੇ ਉੱਦਣ ਸ਼ਰਤਾਂ ਲਾਉਣੀਆਂ ਸ਼ੁਰੂ ਕਰਤੀਆਂ ਵੀ ਅਸੀਂ ਜਿੱਤ ਰਹੇ ਕਿਸੇ ਨੇ ਸ਼ਰਤ ਲਾਉਣੀ ਹੋਵੇ ਤਾਂ ਲਾ ਲਓ। ਅਤੇ ਮੈਂ ਉਹ ਬਾਈ ਨੂੰ ਕਿਹਾ ਨਹੀਂ ਯਾਰ ਸ਼ਰਤ 'ਤੇ, ਮੈਂ ਉਹਦਾ ਵੀ 5 ਲਾ ਕੇ ਆਪਾਂ 10 ਲੈ ਲਈਏ ਵੀ ਆਪਾਂ ਲਾਈਏ ਸ਼ਰਤ। ਅਤੇ ਮੈਂ ਕਿਹਾ ਨਹੀਂ ਯਾਰ 5 ਲੱਖ ਜੇ ਦੇ ਕੇ ਆਪਾਂ ਹੈ ਨਾ ਆਪਦਾ ਘਰ ਵੀ ਜਾ, ਜੇ ਮੰਨ ਲਾ ਵੀ ਬਾਈ ਚਾਂਸ ਮੈਂ ਉੱਜੜ ਜਾਂਦਾ ਜਾਂ ਉਹ ਉੱਜੜ ਜਾਂਦਾ, ਦੁੱਖ ਤਾਂ ਇੱਕੋ ਜਾਣਾ ਵੀ ਚੱਲ ਸਾਨੂੰ ਤਾਂ ਦਿਖਦਾ ਵੀ ਜਿੱਤਾਂਗੇ, ਪਰ ਜੇ ਅਗਲੇ ਦਾ 10 ਲੱਖ ਜਾਂ 5 ਲੱਖ ਮੈਂ ਗਵਾਤਾ ਤਾਂ ਘਰ ਦਾ ਜਾੜਾ ਤਾਂ ਇੱਕ ਹੀ ਆ ਨਾ। ਬੰਦੇ ਤਾਂ ਆਪਾਂ ਪੰਜਾਬ ਦੇ ਹੀ ਆ ਨਾ, ਜ਼ਿੰਮੇਵਾਰੀ ਤਾਂ ਉਹੋ ਜਿਹੇ ਪਰਿਵਾਰਾਂ ਦੀ ਸਾਰਿਆਂ ਦੀ, ਮਰਾਂਗੇ ਮੈਂ ਕਿਹਾ ਭੁੱਖੇ। ਜੇ ਮੈਂ ਉਹ ਤੋਂ 5 ਦੀ ਸ਼ਰਤ ਲਾ ਲਈ ਮਖੂ ਸ਼ਹਿਰ ਦੇ ਵਿੱਚ ਤਾਂ ਮੈਂ 5 ਤੋਂ 10 ਤਾਂ ਲੈ ਜੂੰਗਾ, ਅਤੇ ਪਰ ਫਿਰ ਇਜਾੜਾ ਤਾਂ ਇੱਕੋ ਜਾਣਾ। ਮੇਰਾ ਦਿਲ ਦੀ ਗੱਲ ਆ ਵੀ ਮੈਂ ਕਿਸੇ ਨਾਲ ਨਫ਼ਰਤ ਰੱਖ ਕੇ ਨਹੀਂ ਕਦੀ ਕੰਮ ਕਰਨਾ ਚਾਹਿਆ, ਪਰ ਖੈਰ ਜਿੰਨੀਆਂ ਫੇਸਬੁੱਕ 'ਤੇ ਪੋਸਟਾਂ ਸ਼ਰਾਰਤਾਂ ਨਾਲ ਪਾਈਆਂ ਜਾਂਦੀਆਂ ਥੋੜ੍ਹੀ ਬਹੁਤੀ ਸ਼ਰਾਰਤ ਚੱਲਦੀ, ਪਰ ਜਦੋਂ ਕੋਈ ਮੈਨੂੰ ਮਿਲਦਾ ਪਰ ਕੋਈ ਬੰਦੇ ਨਾਲ ਮੈਂ ਕਦੀ ਦਿਲੋਂ ਖਾਰ ਨਹੀਂ ਰੱਖੀ, ਨੀਵੀਂ ਹੋ ਕੇ ਮਿਲੇ ਹਾਂ, ਸਤਿਕਾਰ ਨਾਲ ਮਿਲੇ ਹਾਂ। ਜੇ ਕਿਸੇ ਨੇ ਸ਼ਰਤ ਦੀ ਵੀ ਮਿਰਨਾ ਕਿ ਮੇਰੇ ਤੱਕ ਪਹੁੰਚ ਕੀਤੀ ਹੈ, ਕਿਸੇ ਬੰਦੇ ਨੇ ਦੱਸਿਆ ਮੈਨੂੰ ਵੀ ਸ਼ਰਤਾਂ ਲੱਗਦੀਆਂ ਲਾਉਣੀਆਂ ਲਾ ਲਈ, ਮੈਂ ਕਿਹਾ ਨਹੀਂ ਮੈਂ ਨਹੀਂ ਲਾਉਂਦਾ। ਉਜਾੜਾ ਇੱਕੋ ਜਿਹਾ ਉਹਨੂੰ ਵੀ ਅਤੇ ਮੈਨੂੰ ਵੀ, ਯੂਏ 'ਚ ਘਰ ਉਜਾੜਨਾ ਕੋਈ ਬਹੁਤੀ ਸਿਆਣਪ ਨਹੀਂ, ਮੈਂ ਅਗਲੇ ਦਾ ਉਜਾੜ ਦਾਂਗਾ ਅਤੇ ਫਿਰ ਇਹ 'ਚ ਮੈਨੂੰ ਵੀ ਕੋਈ ਸਕੂਨ ਨਹੀਂ ਮਿਲਣਾ। ਸੋ ਕੋਈ ਚੱਕਰ ਨਹੀਂ ਵੀਰੋ, ਪੈਸਾ ਕੀਮਤੀ ਆ, ਲਾਵਾਂਗੇ ਚੰਗੀ ਜਗ੍ਹਾ ਲਾਵਾਂਗੇ, ਪਹਿਲਾਂ ਤਾਂ ਲੈ ਕੇ ਆਵਾਂਗੇ ਆਉਂਦਾ ਕਿਵੇਂ ਉੱਤੋਂ, ਜੋ ਦੇਸ਼ ਦੇ ਹਾਲਾਤ ਆ ਜੋ ਪੰਜਾਬ ਦੇ ਹਾਲਾਤ ਆ, ਪੈਸਾ ਕਿਤੋਂ ਨਿਕਲਦਾ ਨਹੀਂ ਫਿਲਹਾਲ, ਤਾਂ ਇਹ ਜ਼ਰੂਰੀ ਆ ਵੀ ਆਪਾਂ ਜੋ ਮਾੜੀਆਂ ਕੁਰੀਤੀਆਂ ਚੱਲ ਰਹੀਆਂ, ਨਸ਼ਾ ਚੱਲ ਰਿਹਾ, ਇਹ ਤੋਂ ਬਚ ਲਈਏ, ਧਰਮ ਪਰਿਵਰਤਨ ਧੱਕੇ ਨਾ ਹੋ ਰਿਹਾ ਪਖੰਡ ਤਹਿਤ, ਉਹ ਤੋਂ ਬਚ ਜਾਈਏ। ਉਹ ਆਪਣੇ ਭਰਾ ਆ, ਜਿੰਨੇ ਧਰਮ ਪਰਿਵਰਤਨ ਜਿਨ੍ਹਾਂ ਦਾ ਕੀਤਾ ਜਾ ਰਿਹਾ ਨਾ, ਉਹ ਆਪਣੇ ਭਰਾ ਨੇ, ਕਿਸੇ ਤਰੀਕੇ ਵਿਛੜ ਗਏ ਸਾਥੋਂ, ਵਿਛੋੜੇ ਗਏ ਆ, ਉਹਨਾਂ ਨੂੰ ਵੀ ਆਪਾਂ ਆਪਣੀ ਛਾਤੀ ਨਾਲ ਲਾਉਣਾ। ਉਹ ਆਪਣੀ ਕੌਮ ਸੀ, ਆਪਣੇ ਆਪਾਂ ਗਰੀਬ ਤਾਂ ਚਲੋ ਕੋਈ ਵੀ ਹੋ ਸਕਦਾ, ਮੈਂ ਵੀ ਹੋ ਸਕਦਾ, ਕੋਈ ਵੀ ਹੋ ਸਕਦਾ, ਪਰ ਉਹਨਾਂ ਦਾ ਧੱਕੇ ਨਾਲ ਧਰਮ ਪਰਿਵਰਤਨ ਕੀਤਾ ਗਿਆ ਕਿਸੇ ਸਮੇਂ 'ਚ, ਨਹੀਂ ਤਾਂ ਉਹ ਸਾਡਾ ਧਰਮ ਪੰਜਾਬ ਦਾ ਹੈ ਹੀ ਨਹੀਂ ਜਿਹੜਾ ਅੱਜ ਧੱਕੇ ਨਾਲ ਪਰਿਵਰਤਨ ਕੀਤਾ ਜਾ ਰਿਹਾ। ਸੋ ਆਪਾਂ ਕੋਈ ਨਹੀਂ, ਜਿਹੜੇ ਸਾਡੇ ਸੱਜਣ ਗਏ ਨੇ ਆਪਾਂ ਵਾਪਸ ਲਿਆਵਾਂਗੇ। ਬਿੱਟੂ ਠਕਰਾਲ ਜੀ, ਹਾਂਜੀ ਵੀਰ ਜੀ, ਕੀ ਹਾਲ ਆ ਜੀ, ਹੈਲੋ, ਮੁਬਾਰਕਾਂ ਬਾਈ ਜੀ, ਜੇ ਤੁਸੀਂ ਵੀ ਪਾਈ ਆ ਤੇ ਮੇਰਾ ਨਹੀਂ ਵਿਰਸੇ ਤੇ ਲਾਲ ਜੀ ਤੈਨੂੰ ਕਹਿੰਦੇ ਸਿੱਟ ਬਿਠਾ ਲੈਂਦੇ ਸਿੱਟ, ਕੋਈ ਨਹੀਂ, ਆਪਾਂ ਇਹਨਾਂ ਨੂੰ ਕਿਹਾ ਸੀ ਵੀ ਜੇ ਤੁਸੀਂ ਸਾਡਾ ਬੰਦਾ ਅੰਦਰ ਦਿਓਗੇ, ਮਹਾਰਾਜ ਦਾ ਹੱਥ ਆ ਇਹਨਾਂ ਅੰਦਰ ਦਿੱਤਾ, ਵੇਖ ਲਓ ਖੇਡ ਪਰਮਾਤਮਾ ਦੀ ਚੱਲਦੀ ਪਈ, ਆਪਾਂ ਐਵੇਂ ਵਿਸ਼ਵਾਸ ਨਹੀਂ ਕਰਦੇ, ਐਵੇਂ ਆਪਾਂ ਆਪਦੀ ਅਕਲ 'ਤੇ ਪਰਦਾ ਪਾ ਕੇ ਤੁਰੇ ਫਿਰਦੇ ਹੁੰਦੇ ਹਾਂ। ਪਰਮਾਤਮਾ ਨੇ ਜੇ ਚਾਹਿਆ, ਮੈਂ ਉੱਦਣ ਲਾਈਵ 'ਚ ਕਿਹਾ ਸੀਗਾ ਵੀ ਕੇਜਰੀਵਾਲ ਨੇ ਸਾਡਾ ਬੰਦਾ ਫੜਿਆ ਅਤੇ ਕੇਜਰੀਵਾਲ ਖੁਦ ਹੁਣ ਜੇਲ੍ਹ 'ਚ ਚਲੇ ਗਿਆ, ਅਤੇ ਅੱਜ ਵੇਖ ਲਓ ਕੇਜਰੀਵਾਲ ਉਹਨੂੰ ਉੱਤੇ ਫਿਰ ਭਾਜਪਾ ਗਈ। ਜੇ ਕੇਜਰੀਵਾਲ ਅਗਲੇ 3-4 ਸਾਲ ਬਾਹਰ ਵੀ ਆ ਜੇ ਤਾਂ ਕਹਿ ਦੇ ਜੋ ਕਰੋਗੇ ਉਹ ਭਰੋਗੇ, ਸਾਡੇ ਸਿੰਘ ਉਹਨਾਂ ਡਿਬਰੂਗੜ੍ਹ ਸੁੱਟੇ ਆ ਅਤੇ ਦੁਬਾਰਾ ਸਿੰਘ 'ਤੇ ਬਾਹਰ ਆਉਣ ਦੀ ਤਿਆਰੀ ਹੋ ਗਈ, ਪਰ ਕੇਜਰੀਵਾਲ ਦੀ ਕੋਈ ਤਿਆਰੀ ਨਹੀਂ। ਅਤੇ ਮੋਦੀ ਨੇ ਇੰਟਰਨੈਸ਼ਨਲ ਲੈਵਲ 'ਤੇ ਸਿੱਖਾਂ ਦੀ ਪੱਗ ਨੂੰ ਹੱਥ ਪਾਇਆ ਅਤੇ ਪਰਮਾਤਮਾ ਨੇ ਬਲ ਬਖਸ਼ਿਆ, ਅਸੀਂ ਖਡੂਰ ਸਾਹਿਬ ਦੀ ਧਰਤੀ ਤੋਂ ਦੁਬਾਰਾ ਉੱਠੇ ਹਾਂ, ਫਰੀਦਕੋਟ ਦੀ ਧਰਤੀ ਤੋਂ ਉੱਠੇ ਹਾਂ, ਅਤੇ ਜਿਹੜਾ ਉਹਨੇ ਅੰਤਰਰਾਸ਼ਟਰੀ ਪੱਧਰ 'ਤੇ ਹੱਥ ਪਾਇਆ ਉਹਦਾ ਜਵਾਬ ਉਹਨੂੰ ਮਿਲ ਗਿਆ ਵੀ ਇਹ ਤਿਆਰ ਬਰ ਤਿਆਰ ਬੈਠੇ ਆ
ਇਹ ਮੇਰਾ ਹੋਰ ਬਹੁਤਾ ਜ਼ੁਲਮ ਚੱਲਣ ਨਹੀਂ ਦੇਣਗੇ। ਸੋ ਮੋਦੀ ਕਮਜ਼ੋਰ ਹੋਇਆ, ਮੋਦੜੇ ਮੋ ਡਿੱਗਣ ਦੀ ਕਗਾਰ 'ਤੇ ਡੇਗ ਲਾਂਗੇ। ਜਿੰਨਾ ਚਿਰ ਅਸੀਂ ਸ਼ੁਰੂਆਤ ਨਹੀਂ ਕਰਦੇ ਸੀ ਅਸੀਂ ਸੁੱਟ ਕਿਵੇਂ ਸਕਦੇ ਸੀ, ਹੁਣ ਅਸੀਂ ਸ਼ੁਰੂਆਤ ਕੀਤੀ ਆ, ਅਸੀਂ ਸੁੱਟਾਂਗੇ ਵੀ। ਜੇ ਇਹਨਾਂ ਦਾ ਸੰਵਿਧਾਨਿਕ ਤੌਰ 'ਤੇ ਸਾਡੇ ਨਾਲ ਲੜਾਈ ਆ, ਤਾਂ ਸੰਵਿਧਾਨਿਕ ਤੌਰ 'ਤੇ ਵੀ ਅਸੀਂ ਲੜ ਲਾਂਗੇ, ਸਾਨੂੰ ਲੜਨਾ ਆਉਂਦਾ। ਸੋ ਸੰਵਿਧਾਨ ਦੀਆਂ ਸਾਡੀਆਂ ਜਿਹੜੀਆਂ ਮੰਗਾਂ ਸੀ ਉਹ ਭਾਈ ਅੰਮ੍ਰਿਤਪਾਲ ਸਿੰਘ ਚੰਗੀ ਤਰ੍ਹਾਂ ਚੁੱਕਣੀਆਂ ਜਾਣਦੇ ਨੇ। ਸਾਡੀ ਕੋਈ ਮੈਨੀਫੈਸਟੋ ਦੀ ਲੜਾਈ ਨਹੀਂ ਸੀ ਵੀ ਅਸੀਂ ਮੈਨੀਫੈਸਟੋ ਤੱਕ ਹੀ ਰਾਜਨੀਤੀ ਸੀਮਤ ਰੱਖਣੀ ਆ। ਸੋ ਸਾਡੀਆਂ ਲੜਾਈਆਂ ਸੰਵਿਧਾਨਿਕ ਤੌਰ 'ਤੇ ਇਹਨਾਂ ਨਾਲ ਪਹਿਲੇ ਦਿਨ ਤੋਂ ਚੱਲਦੀਆਂ ਆ ਰਹੀਆਂ, ਉਹ ਹੁਣ ਅੱਗੇ ਚੰਗੀ ਤਰ੍ਹਾਂ ਸਮੀਖਿਆ ਉਹਨਾਂ ਦੀ ਹੋਊਗੀ ਅਤੇ ਆਪਾਂ ਸਾਥ ਦੇਵਾਂਗੇ ਬਾਈ ਦਾ। ਸਾਰੇ ਵੀਰਾਂ ਨੂੰ ਬੇਨਤੀ ਆ ਵੀ ਆਪਾਂ ਅੱਗੇ ਸੋਸ਼ਲ ਮੀਡੀਆ 'ਤੇ ਤਗੜੇ ਹੋਣਾ। ਜੇ ਕੇਜਰੀਵਾਲ ਵਰਗਾ ਭਈਆ ਪੰਜਾਬ 'ਚ ਆ ਕੇ ਗੰਦ ਪਾ ਕੇ ਝੂਠ ਮਾਰ ਕੇ ਸਾਡੇ 'ਤੇ ਰਾਜ ਕਰ ਸਕਦਾ, ਅਤੇ ਅਸੀਂ ਸਾਰੇ ਆਪਣੀ ਸੱਚਾਈ ਦੀ ਰਾਜਨੀਤੀ 'ਚ ਸਾਥ ਦੇ ਕੇ ਕਿਉਂ ਗਾਂ ਆਪਣਾ ਰਾਜ ਨਹੀਂ ਵਧਾ ਸਕਦੇ? ਤੁਹਾਡਾ ਤਾਂ ਪੰਥ ਸਾਰੀ ਦੁਨੀਆ ਐਕਸੈਪਟ ਕਰਨ ਨੂੰ ਤਿਆਰ ਆ, ਤੁਸੀਂ ਤੁਰਦੇ ਨਹੀਂ, ਸਾਡੇ 'ਚ ਇਹ ਘਾਟ ਆ। ਤੁਰੋ ਤਾਂ ਸਹੀ, ਸੇਵਾ ਤਾਂ ਕਰੀਏ ਆਪਦੇ ਪੰਥ 'ਚ ਜਿੰਨੇ ਯੋਗੇ ਹੈਗੇ ਆ, ਆਪਾਂ ਤੁਰਦੇ ਨਹੀਂ, ਸਾਡੇ 'ਚ ਕਮੀ ਹੈ। ਅਸੀਂ ਫਿਰ ਸਪੇਸ ਬਣਾ ਦਿੰਦੇ ਹਾਂ, ਫਿਰ ਹੋਰ ਕੋਈ ਆ ਕੇ ਉੱਥੇ ਸਾਡੇ 'ਤੇ ਰਾਜ ਕਰਦਾ, ਸਾਡੇ ਛਿੱਤਰ ਮਾਰਦਾ, ਫਿਰ ਅਸੀਂ ਕਹਿੰਦੇ ਹਾਂ ਵੀ ਯਾਰ ਦਿੱਲੀ ਧੱਕਾ ਕਰੂ। ਦਿੱਲੀ ਤਾਂ ਧੱਕਾ ਕਰੂਗੀ ਜਦੋਂ ਅਸੀਂ ਡਿਫੈਂਸ 'ਚ ਵੀ ਉਹਨੂੰ ਪਾਇਆ। ਆਪਣੀ ਡਿਫੈਂਸ ਵੀ ਆਪਦੇ ਕੋਲ ਰੱਖੋ, ਜੇ ਸਾਡੀ ਡਿਫੈਂਸ ਸਾਡੇ ਕੋਲ ਨਹੀਂ ਆ ਤਾਂ ਫਿਰ ਅਸੀਂ ਕਦੀ ਵੀ ਕਾਮਯਾਬ ਨਹੀਂ ਹੋਵਾਂਗੇ। ਪਹਿਲ ਦੇ ਆਧਾਰ 'ਤੇ ਡਿਫੈਂਸ ਕੋਲ ਰੱਖੀ ਦੀ ਆ, ਫਿਰ ਫਾਰਵਰਡ ਬਣੀਦਾ। ਤੁਸੀਂ ਸ਼ਾਇਦ ਖੇਡਾਂ ਨਹੀਂ ਖੇਡਦੇ, ਤੁਸੀਂ ਕ੍ਰਿਕਟ ਜ਼ਿਆਦਾ ਖੇਡਦੇ ਤਾਂ ਡਿਫੈਂਸ ਅਤੇ ਫਾਰਵਰਡ ਦਾ ਕੰਮ ਨਹੀਂ ਆਉਂਦਾ। ਮੈਂ ਹਾਕੀ ਖੇਡਾਂ, ਮੇਰੇ ਬਾਈ ਜੀ ਹੁਣੀ ਜਿਨ੍ਹਾਂ ਨੇ ਬੜਾ ਸਾਥ ਦਿੱਤਾ, ਇੱਥੇ ਹਰਬੀਰ ਬਾਈ ਜੀ ਆ, ਆ ਤਲਵਾੜਾ ਵੀਰ ਵੀ ਆਪਣਾ ਵੇਖਣ ਦੇ, ਇਹਨਾਂ ਸਾਰਿਆਂ ਨਾਲੋਂ ਮੈਂ ਨਿਕਲਿਆ। ਅਤੇ ਚਲੋ ਜਿੰਨੇ ਆ ਹੁਣ ਇੰਟਰਨੈਸ਼ਨਲ ਖੇਡਦੇ, ਮਨਪ੍ਰੀਤ ਬਾਈ ਅਤੇ ਹਾਕੀ ਦੇ ਵਿੱਚ ਕਪਤਾਨ ਰਿਹਾ, ਮੈਂ ਇਕੱਠੇ ਅਸੀਂ ਖੇਡੇ ਹਾਂ ਜਲੰਧਰ, ਕਦੀ ਮੈਂ ਚਲੋ ਦੱਸਿਆ ਨਹੀਂ ਬਹੁਤਾ। ਸਤਬੀਰ ਹੁਣੀ ਜਿੰਨੇ ਮੁੰਡੇ ਆਪਣੇ ਸਾਰੇ ਇਕੱਠੇ ਖੇਡੇ ਅਸੀਂ, ਅਤੇ ਉਹ ਇਸ ਟਾਈਮ SSP ਆ, ਕੋਈ DSP ਆ, ਚੰਗੇ ਅਹੁਦਿਆਂ 'ਤੇ ਨੇ। ਅਤੇ ਉਹੋ ਜਿਹੇ ਬੰਦੇ ਜਿਹੜੇ ਨੇ ਡਿਫੈਂਸ ਅਤੇ ਫਾਰਵਰਡ 'ਚ ਹੈਲਪ ਕਰ ਸਕਦੇ ਆ, ਪੋਲੀਟੀਕਲ 'ਚ ਵੀ ਕੋਸ਼ਿਸ਼ ਹੋਵੇ ਕਿ ਉਹਨਾਂ ਨੂੰ ਵੀ ਪੁੱਛਿਆ ਜਾਵੇ, ਲਿਆਂਦਾ ਜਾਵੇ ਪੋਲੀਟੀਕਲ ਸਿਸਟਮ 'ਚ ਵੀ। ਹੁਣ ਤਾਂ ਮੈਂ ਗੱਲ ਕਰਦਾ ਵੀ ਡਿਫੈਂਸ 'ਚ ਆਪਾਂ ਹੈ ਨਹੀਂ, ਦੂਜੀ ਟੀਮ ਹਮਲਾਵਾਰ ਆ ਅਤੇ ਜਗ੍ਹਾ ਖਾਲੀ ਛੱਡੀ ਅਗਲਿਆਂ ਕੋਲ, ਤਾਂ ਸਾਰਾ ਕੁਛ ਆ, ਫਾਰਵਰਡ ਵੀ ਆ ਅਤੇ ਡਿਫੈਂਸ ਵੀ ਆ। ਆਪਾਂ ਤਾਂ ਡਿਫੈਂਸ 'ਚ ਵੀ ਨਹੀਂ ਹੈਗੇ, ਪਹਿਲਾਂ ਡਿਫੈਂਸ ਚਾਹੀਦੀ ਆ, ਫਿਰ ਫਾਰਵਰਡ 'ਚ, ਫਿਰ ਸੈਂਟਰ, ਫਿਰ ਫਾਰਵਰਡ। ਸੋ ਬਾਕੀ ਕੋਈ ਨਹੀਂ ਬਾਈ, ਤੁਹਾਡਾ ਗੋਲਕੀਪਰ ਰਿਹਾ, ਗੋਲਕੀਪਰਿੰਗ ਮੈਂ ਤਕੜਾ, ਐਡੀ ਛੇਤੀ ਮੈਂ ਕਦੇ ਇਕੱਲੇ ਨਾਲ ਵੀ ਖੜਨਾ ਪੈ ਜਾਵੇ, ਮੈਂ ਇਕੱਲਾ ਵੀ ਖੜਦਾ। ਸੋ ਮੈਂ ਇਕੱਲਿਆਂ ਨਾਲ ਹੀ ਖੜਦਾ ਆਇਆ, ਬਾਈ ਦੀਪ ਆਇਆ, ਮੈਂ ਉਹਦੇ ਨਾਲ ਵੀ ਖੜਾਂ। ਜੇ ਮੇਰੇ 'ਤੇ ਇਕੱਲੇ 'ਤੇ ਭੀੜ, ਮੈਂ ਇਕੱਲੇ ਨੇ ਵੀ ਚੱਲੀ ਹੈ, ਕਿਸੇ ਕਦੇ ਜ਼ਿੰਦਗੀ 'ਤੇ ਫਿਰ ਵੀ ਸ਼ੇਅਰ ਕਰਾਂਗੇ। ਪਰ ਜਿੰਨੇ ਜੋਗਾ ਪੰਥ ਲਈ ਹੈਗਾ, ਇਕੱਲਾ ਰਹਿ ਜਾ। ਬਾਈ ਗੁਰਬਾਜ ਬਾਈ ਜੀ ਸਤਿ ਸ਼੍ਰੀ ਅਕਾਲ, ਗੁਰਬਾਜ ਬਾਈ ਜੀ ਤੁਹਾਡੇ ਆਪਣੇ ਮਲਸੀਆਂ ਕਲਾ ਤੋਂ ਨਾਲ ਨੇ, ਅਤੇ ਧੰਨਵਾਦ ਕਰਦੇ ਬਾਈ ਜੀ। ਠੀਕ ਠੀਕ ਤੁਹਾਡੀ ਹੀ ਗੱਲ ਹੀ ਕਰਨ ਦੇ ਮੈਂ, ਓਲੰਪੀਅਨ ਬਾਈ ਜਿੰਨੇ ਵੀ ਵੇਖਦੇ ਪਏ, ਗੁਰਬਾਜ ਬਾਈ ਵੀ ਵੇਖਦੇ ਪਏ ਨੇ, ਅਤੇ ਸ਼ੁਕਰ ਹੈ ਵੀ ਮੈਂ ਕਹਿੰਦਾ ਵੇਖਦਾ ਬਾਈ, ਬਟ ਸਾਡੇ ਤਾਂ ਵੱਡੇ ਦੇ। ਅਤੇ ਚਲੋ ਇਹਨਾਂ ਦਾ ਵੀ ਧੰਨਵਾਦ, ਸੀਨੀਅਰਾਂ ਨੇ ਫੜਿਆ ਅਤੇ ਜੂਨੀਅਰਾਂ ਨੇ ਛਡਾ ਲਿਆ, ਜੂਨੀਅਰਾਂ ਨੇ ਦਿੱਤਾ ਵੀ ਆ ਸਾਥ ਇਹਦੇ ਵਿੱਚ। ਅਤੇ ਖੈਰ ਬਾਈ ਜੀ, ਗੱਲ ਮੈਂ ਇਹ ਕਰਦਾ ਵੀ ਡਿਫੈਂਸ 'ਚ ਸਾਨੂੰ ਤਗੜੇ ਰਹਿਣਾ ਪਊਗਾ, ਸਾਨੂੰ ਜ਼ਿੰਮੇਵਾਰੀਆਂ ਨੂੰ ਸਮਝਣਾ ਪਊਗਾ। ਅਤੇ ਅੱਗੇ ਜੋ ਪ੍ਰੋਗਰਾਮ ਹੋਏ, ਨਾਲ ਲੈ ਕੇ ਸਿਆਣੇ ਬੰਦਿਆਂ ਨੂੰ, ਚੰਗੇ ਚੰਗੇ ਬੰਦਿਆਂ ਨੂੰ, ਇਲਾਕੇ ਦਿਆਂ ਨੂੰ,
ਆਪਾਂ ਗਾਂਹ ਵਧੀਏ, ਸਮਾਂ ਬਹੁਤ ਥੋੜ੍ਹਾ ਵਾ, ਵੋਟ ਦਿਨੋ ਦਿਨ ਘੱਟ ਰਹੀ ਆ, ਅਸੀਂ ਅਖੀਰਲੀ ਵੋਟ 'ਤੇ ਬੈਠੇ ਹਾਂ ਵੀ ਜਿੰਨੀ ਕੁ ਵੋਟ ਪਈ ਨਾ ਅੱਜ ਦਿਖਦੀ ਹੈ, ਉਹ ਬੜੀ ਚਿੰਤਾਜਨਕ ਆ ਵੀ ਵੋਟ ਸਾਡੀ ਗਈ ਕਿੱਥੇ। ਸੋ ਬਿਹਤਰ ਆ ਵੀ ਆਪਾਂ ਥੋੜ੍ਹਾ ਸਮਾਂ ਆਪਣੀ ਸਿਆਸਤ 'ਚ ਚੱਲੀਏ ਅਤੇ ਗਾਂਹ ਆਪਾਂ ਆਪ ਕਾਰਜ ਸੰਭਾਲੀਏ। ਸੋ ਮਿਲਾਂਗੇ ਫਿਰ ਦੁਬਾਰਾ ਗੁਰਬਾਜ ਬਾਈ ਜੀ, ਕਿਸੇ ਦਿਨ ਤੁਹਾਡੇ ਨਾਲ ਟਾਈਮ ਰੱਖਾਂਗੇ ਜੇ ਤੁਸੀਂ ਟਾਈਮ ਦਿਓਗੇ, ਅਤੇ ਆਪਾਂ ਲਾਈਵ ਹੋ ਕੇ ਥੋੜ੍ਹੇ ਬਹੁਤੇ ਨੌਜਵਾਨਾਂ ਨੂੰ ਨਾਲ ਆਪਣੇ ਵੀਰਾਂ ਨੂੰ ਵੀ ਸੁਜੈਸ਼ਨ ਦਿਆ ਕਰੀਏ, ਨਾਲੇ ਇਲਾਕਾ ਵੀ ਆਪਣਾ ਗਾਂਹ ਤੋਰੀਏ। ਤੁਹਾਡੇ ਤੋਂ ਸੇਧ ਲੈਣੀ ਹੈ ਅਤੇ ਕਾਫੀ ਹੈ, ਕੁਛ ਕਰਨ ਵਾਲਾ ਵੀ ਹੈ ਜੇ ਮਹਾਰਾਜ ਨੇ ਚਾਹਿਆ, ਤਾਂ ਇਲਾਕੇ 'ਚ ਕਰਾਂਗੇ ਵੀ ਖੇਡਾਂ ਸੰਬੰਧੀ। ਸੋ ਅੱਜ ਦਾ ਲਾਈਵ ਇੰਨਾ ਕੀ ਸੀ, ਅਤੇ ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਲਦੇ ਹਾਂ ਫਿਰ ਕੱਲ੍ਹ।